वाकई भाई यार जन्नत ही आवे है ना। ब्यूटीफुल मॉर्निंग और टाइम हो चुका है वा 8 बजे सवेरे सवेरे, बहुत जल्दी उठे अज ते अहीं चले आ घूमण। मैं ते भाई अहीं चले आ नंगल नूं घूमण, बहुत दिन बाद साडा टाइम लगा। सवेरे सवेरे अज उठे हाँ बहुत दिन बाद, हुण असीं जाणा वा नंगल नूं। भाई हुणे नाल सीगे यार दोस्त, होर दो चकणे आ, फिर असीं जाणा फिर तुहानूं मिलदे दिखाउणे आ। असीं अज बहुत दिन बाद प्लैन साडा बणिया जाण बनाई जाते सीखने, उत्थे बहुत वधिया लोकेशन तुहानूं दिखावांगे जाके। डैम तो हैगा एक सनसैट पॉइंट आ, उह चलो शाम नूं दिखावांगे तुहानूं, आज मिलदे फिर जांदे। असीं अपने बंदे इकट्ठे करदे पए आ, अहीं चले नंगल नूं। अहीं फन कर लिए थोड़ा जिहा, बहुत तैन हो गया अहीं घरे बैठे, मेरा कोई व्लॉग नहीं बना हैगा, अज बनाउने आ मैं कहा, ते फिर उत्थे जा के तुहानूं दिखावांगे जिस गल्लबात पूरी पूरी जैस, जो कि आपां अगे भी कराई दी आ व्लॉगां विच, हुण फिर करावांगे अज जे हो सकिया तां। जैस पूरी, गैस पूरी वांगू ਇੱਦਾਂ ਹੀ ਬਣੇ ਰਹੋ। ਫਿਰ ਨਾਲ ਨਾਲ ਤੁਸੀਂ ਫਟਾਫਟ ਲਾਈਕ ਕਰ ਦਿਓ, ਲਾਈਕ ਵੀ ਕਰਕੇ ਜਾਂਦੇ ਠੀਕ ਹੈ। ਯੋ ਬੇਬੀ ਸਾਰੇ ਸਕੂਲਾਂ ਗਾਲ ਜਾਣ ਤੁਰੇ ਹੋਏ, ਆਪਾਂ ਭਾਜੀ ਘੁੰਮਣ ਚੱਲੇ ਹਾਂ। ਕੁੜੀਆਂ ਤੋਂ ਦੂਰ ਰਹਿਣਾ ਚਾਹੀਦਾ ਰੋਡ ਦੇ ਉੱਤੇ ਠੀਕ ਹੈ, ਪਤਾ ਲੱਗਦਾ ਕਿਹੜੇ ਵੇਲੇ ਠੋਕ ਸਕਦੀਆਂ। ਅਸੀਂ ਆ ਗਏ ਹਾਂ ਪਿੰਸ ਰੋਡ ਦੇ ਉੱਤੇ, ਇੱਥੋਂ ਹੀ ਜਾਣਾ ਕੈਂਟ 'ਚ, ਅਤੇ ਉੱਥੋਂ ਅਸੀਂ ਭਾਜੀ ਹੈਗੇ ਨਾਲ ਉਹਨਾਂ ਨੂੰ ਲੈਣਾ ਵਾ, ਇੱਕ ਬੰਦਾ ਸਾਡਾ ਹੋਰ ਫਿਰ ਹੀ ਜਾਣਾ ਇਕੱਠੇ। ਭਾਜੀ ਸਾਡੇ ਆਏ, ਹੈਲੋ ਕਹਿੰਦੋ ਭਾਜੀ। ਇਹ ਭਾਜੀ ਨਵੇਂ ਨਵੇਂ ਹੁਣੇ ਆਏ ਆ ਕੈਨੇਡਾ ਤੋਂ, ਹੈ ਨਾ ਭਾਜੀ। ਇਹੀ ਹੁਣ ਇਹਨਾਂ ਦਾ ਕਰਕੇ ਘੁੰਮਣ ਚੱਲੇ ਹਾਂ, ਭਾਜੀ ਨੂੰ ਘੁਮਾਉਣ ਚੱਲੇ ਹਾਂ ਘੁਮਾਉਣ। ਅਸੀਂ ਆ ਗਏ ਹੁਣ ਕੈਂਟ ਵਿੱਚ, ਮਿਲਟਰੀ ਏਰੀਆ ਆ, ਬੜਾ ਸੋਹਣਾ ਏਰੀਆ ਵਾ। ਜਲੰਧਰ ਦਾ ਸਭ ਨੂੰ ਬੈਸਟ ਏਰੀਆ ਇਹੀ ਹੈ, ਇਹਨੂੰ ਮਿੰਨੀ ਚੰਡੀਗੜ੍ਹ ਕਹਿ ਸਕਦੇ ਆਪਾਂ, ਕਹਿੰਦੀ ਬਹੁਤ ਸੋਹਣਾ ਏਰੀਆ। ਬਾਕੀ ਸਾਰੇ ਤਾਂ ਗੰਦ ਮੰਦ ਜਿਹਾ ਹੀ ਆ, ਇੱਥੇ ਆ ਗਿਆ ਫਿਰ ਰੂਲ ਫੋਲੋ ਕਰਨ ਦਾ ਸਾਡਾ ਮਨ ਕਰਦਾ ਰਹਿੰਦਾ, ਉਹ ਤੋਂ ਬਾਹਰ ਜਾਓ ਨਾ ਲੋਕ ਕਰਦੇ ਆ ਨਾ ਸਾਨੂੰ ਕਰਨ ਦਿੰਦੇ ਆ, ਅਤੇ ਟੋਏ 'ਚ ਗੱਡੀਆਂ ਵੱਜਦੀਆਂ ਡੜਮ ਡੜਮ ਕਰਕੇ। ਸੋ ਇਸ ਕਰਕੇ ਸੋਹਣਾ ਏਰੀਆ, ਇੱਧਰ ਨਿਕਲਦੇ ਹੁੰਦੇ ਜਦੋਂ ਇੱਧਰ ਉੱਧਰ ਜਾਣਾ ਹੁੰਦਾ। ਯੋ ਤੁਸੀਂ ਨਾਲੇ ਸੈਰ ਕਰਦਾ ਕਹਿੰਦੇ ਸਵੇਰ ਸਵੇਰੇ ਜਾ ਕੇ ਨਾ ਰਨਿੰਗ ਰੁਨਿੰਗ 'ਤੇ, ਪਹਿਲਾਂ ਆਪਾਂ ਜਿੱਦਣ ਉੱਠੇ ਉੱਨੇ ਵਜੇ ਚੱਲ ਜਾਣਾ ਠੀਕ ਆ, ਉਵੇਂ 10 ਵਜੇ ਉੱਠੀਏ, 10 ਦੀ ਸਪੀਡ ਚਲਾਓ ਭਾਅ ਜੀ, ਉਹ 'ਤੇ ਲਿਖਿਆ 10। ਇਹ ਤਾਂ ਆਪਾਂ ਪਹੁੰਚ ਗਏ 10 ਬਸ, ਧੁੱਪ ਜੀ ਕਿੰਨੀ ਸੋਹਣੀ ਆ, ਮਾੜੀ ਮਾੜੀ ਫੇਸ 'ਤੇ ਪੈਂਦੀ ਵੀ ਬੜਾ ਵਧੀਆ ਲੱਗਦਾ। ਫਿਰ ਦੁਪਹਿਰ ਨੂੰ ਪਤਾ ਲੱਗੂ ਜਦੋਂ ਸਾੜ ਤਾਦਾ ਹੂੰ, ਉੱਥੇ ਜਾ ਕੇ ਵਧੀਆ ਹੋਣਾ ਥੋੜ੍ਹਾ। ਹਾਂ ਗਰਮੀ ਮਾੜੀ ਮਾੜੀ ਹੋਣੀ, ਜ਼ਿਆਦਾ ਨਹੀਂ, ਵੈਸੇ ਤਾਂ ਠੀਕ ਹੀ ਹੋਣਾ। ਪਲੈਨਿੰਗ ਚੱਲਦੀ ਕਿੱਥੇ ਕਿੱਥੇ ਘੁੰਮਣਾ, ਸਾਨੂੰ ਕੁੱਖ ਨਹੀਂ ਪਤਾ ਭਾਜੀ, ਹੁਣਾਂ ਨੂੰ ਪਤਾ ਸਾਰਾ ਕੁਛ, ਆਪਣੇ ਕੋਲ ਟਾਈਮ ਨਾ ਘੱਟ ਹੋਏ ਘੁੰਮਣ ਵਾਲੇ, ਬੜਾ ਟਾਈਮ ਭਾਜੀ, ਸ਼ਾਮ ਤੱਕ ਕੋਈ ਚੱਕਰ ਨਹੀਂ। ਆਪਣਾ ਲਾਸਟ ਹੈਗਾ ਵੀ ਪਲੇਸ ਹੋਈ ਸਨਸੈਟ ਵਾਲੀ, ਉਦੋਂ ਪਹਿਲਾਂ ਆਪਣੇ ਕੋਲ ਬਹੁਤ ਟਾਈਮ ਹੈਗਾ, ਉਮੀ ਫਿਰਨੀਆਂ ਕਰਨੀਆਂ। ਆਪਾਂ ਡਰਾਈਵਰ ਹੈਗਾ ਵਿੱਕੀ ਭਾਜੀ, ਬਸ ਆਪਾਂ ਸਾਰੀਆਂ ਦੇਖ ਕੇ ਆਉਣੇ ਹਾਂ ਭਾਜੀ, ਥੋੜ੍ਹਾ ਥੋੜ੍ਹਾ ਟਾਈਮ ਦੇਣਾ ਸਾਰੀਆਂ ਲੋਕੇਸ਼ਨਾਂ 'ਤੇ, ਜ਼ਿਆਦਾ ਟਾਈਮ ਲਾਉਣਾ ਠੀਕ ਆ, ਜਿਹੜੀਆਂ ਜਿਹੜੀਆਂ ਹੈਗੀਆਂ ਤੁਸੀਂ ਦੱਸ ਹੀ ਜਾਇਓ ਬਸ। ਮੈਨੂੰ ਤਾਂ ਹੁਣੇ ਮਾਇੰਡ 'ਚ ਦੋ ਹੀ ਆਉਂਦੇ, ਇੱਕ ਡੈਮ ਅਤੇ ਪਾਣੀ ਦਾ ਤਾਂ ਮਜ਼ਾ ਆਉਂਦਾ, ਉੱਥੇ ਡਰ ਲੱਗਦਾ ਆ। ਆਪਾਂ ਰੁਕਦੇ ਕਿਤੇ ਚਾਹ ਚੂ ਪੀਨੇ ਆ, ਜਦੋਂ ਜਾਣਾ ਬੰਦੇ ਨੂੰ ਹਾਈਵੇ ਤੇ ਰੁਕਣਾ ਚਾਹੀਦਾ, ਖਾਣਾ ਪੀਣਾ ਉੱਥੋਂ ਚਾਹੀਦਾ, ਨਹੀਂ ਤਾਂ ਲੋਕਲ ਤਾਂ ਬੰਦਾ ਖਾ ਪੀ ਲੈਂਦਾ ਹੈ ਨਾ ਕਿਸੇ ਨਾ ਕਿਸੇ। ਹਾਈਵੇ ਤੇ ਪਹੁੰਚ ਗਿਆ ਹੁਣ ਅਸੀਂ, ਤੇ ਹੁਣ ਅੱਗੇ ਨੂੰ ਜਾਣਾ ਸ਼ੁਰੂ ਕਰਕੇ, ਕਿੱਥੇ ਪਹੁੰਚੇ ਆਪਾਂ ਹਾਲੇ, ਚੇੜੂ ਚੇੜੂ। ਵੈਦਰ ਵੀ ਵਧੀਆ ਹੋ ਹੀ ਗਿਆ ਹੈ ਨਾ, ਧੁੱਪ ਜੀ ਹੋ ਗਈ ਵਧੀਆ, ਉੱਥੇ ਠੀਕ ਹੋਣਾ ਮੇਰੇ ਖਿਆਲ 'ਚ ਤਾਂ, ਥੋੜ੍ਹੀ ਥੋੜ੍ਹੀ ਠੰਡ ਹੋਣੀ ਆ, ਥੋੜ੍ਹਾ ਥੋੜ੍ਹਾ ਜਿਹਾ ਮਜ਼ਾ ਆਏਗਾ, ਫਨ ਕਰੇਂਗੇ ਅੱਜ। ਫਿਰ ਬੰਦਾ ਖੜਾ ਨਾ ਇੱਥੇ, ਮਾੜੀ ਗੱਡੀ ਹੌਲੀ ਹੌਲੀ ਲੈ ਲਈ ਜਾਇਓ ਇੱਥੇ, ਤੁਸੀਂ ਜਾਇਆ ਕਰਨ ਇੱਥੇ ਕਰ ਲਓ।
ਸ਼ਿਵ ਨੂੰ ਢਾਬੇ ਤੇ ਆ ਗਏ, ਸਟੇ ਕੀਤੀ, ਕਰਨ ਲੱਗੇ ਇੱਥੇ ਕੋਈ ਖਾਣੇ ਪੀਣੇ ਆ, ਪੁਰਾਣੇ ਪੁਰਾਣੇ ਚਾਹ ਪੀਣੇ, ਫਿਰ ਜਾਵਾਂਗੇ ਅੱਗੇ ਨੂੰ। ਇੱਥੇ ਰੁਕੇ ਆ, ਕਿਹੜੀ ਪੀਣੀ ਚਾਹ, ਗੁੜ ਵਾਲੀ ਦੂਜੀ? ਓਕੇ, ਬਹੁਤ ਸ਼ਾਨਦਾਰ ਧੁੱਪ ਆ, ਹੈ ਨਾ, ਮਜ਼ੇਦਾਰ। ਖਾ ਪੀ ਲਿਆ ਸਾਰਾ ਕੁਛ, ਹੁਣ ਅਸੀਂ ਰੈਡੀ ਚੱਲੇ ਆ। ਆਪਾਂ ਚੱਲੇ ਨੰਗਲ ਨੂੰ, ਨੰਗਲ ਡੈਮ ਤੇ। ਚਲੋ ਵੀ ਚੱਲੀਏ ਭਾਜੀ, ਚਲੋ ਪਟਮਾ ਗੇਰ ਡੰਗਲ ਨੂੰ, ਟੱਕ ਦੋ ਫੱਟੇ ਹੁਣ। ਲਓ ਜੀ, ਹਿਮਾਚਲ ਚ ਹੀ ਐਡ ਹੋ ਗਿਆ ਪਹਾੜ ਦਾ ਦਿਖਾਉਣੇ ਅੱਗੇ ਹੁਣ। ਉਹ ਦੇਖੋ ਪਹਾੜ, ਬਹੁਤ ਸੋਹਣਾ ਵਿਆ ਤੁਹਾਡਾ, ਤੁਹਾਨੂੰ ਦਿਖਾਵਾਂਗੇ, ਜ਼ਰੂਰ ਜਾ ਕੇ ਦੇਖਿਓ। ਅਸੀਂ ਹੁਣ ਨੰਗਲ ਤੋਂ ਭਾਖੜਾ ਡੈਮ ਵੱਲ ਨੂੰ ਚੱਲੇ ਹਾਂ, ਅਤੇ ਇੱਥੇ ਪਰਮਿਸ਼ਨ ਲੈਣੀ ਪੈਂਦੀ ਹੁੰਦੀ ਨਾ ਡੈਮ 'ਤੇ ਜਾਣ ਦੀ, ਤਾਂ ਇੱਥੇ ਮਿਲਦੀ 3 ਵਜੇ ਤੱਕ ਦਾ ਡੈਮ। ਇੱਥੋਂ ਹੁਣ ਪਰਮਿਸ਼ਨ ਲੈ ਕੇ ਅਤੇ ਫਿਰ ਅੱਗੇ ਡੈਮ ਵੱਲ ਨੂੰ ਜਾਵਾਂਗੇ, ਆਪਣੇ ਭਰਾ ਹੁਣ ਪਰਮਿਸ਼ਨ ਲੈਂਦੇ ਪਏ ਆ, ਅਤੇ ਫਿਰ ਉੱਥੋਂ ਤਾਂ ਦਿਖਾਉਣਾ ਡੈਮ ਜਾ ਕੇ। ਕਹਿੰਦੇ ਇੱਕ ਦਾ ਬੰਦਾ ਯਹਾਂ ਸੇ, ਯਹਾਂ ਸੇ ਹਮ ਪਰਮਿਟ ਲਏਂਗੇ, ਆਗੇ ਜਾਏਂਗੇ, ਨਿਕਲਤੇ ਹੈ ਯਹਾਂ ਸੇ, ਇੱਕ ਵਾਰ ਪਰਮਿਟ ਪਕੜ ਲੈ, ਫਿਰ ਆਪਕਾ ਆਪਡੇਟ ਕਰ ਦੇ ਭਾਈ, ਹਮਾਰੇ ਯਹਾਂ ਸੇ ਪਹਿਲੇ ਹੀ। ਹਾਂ, ਕਿੰਨੇ ਵਜੇ ਤੱਕ ਦਾ ਹੋਣਾ? ਚਲ ਹੁਣ ਅਸੀਂ ਜਾਂਦੇ ਹਾਂ, ਫਿਰ ਤੁਹਾਨੂੰ ਦਿਖਾਵਾਂਗੇ ਉੱਥੇ ਜਾ ਕੇ। ਹਮ ਜਾਏਂਗੇ ਡੈਮ ਮੇ, ਵਾਂ ਮੱਛੀ ਪਕੜੇ ਔਰ ਖਾਏਂਗੇ, ਠੀਕ ਹੈ, ਆਪਣੇ ਆਪਣੇ ਟਾਵਲਸ ਨਿਕਾਲ। ਯੋ ਅਗਲੇ, ਇੱਥੇ ਪਰਮਿਟ ਚੈੱਕ ਹੁੰਦਾ ਆ, ਅਤੇ ਇਸ ਤੋਂ ਬਾਅਦ ਅੱਗੇ ਪਰਮਿਸ਼ਨ ਲੈ ਕੇ ਜਾਣ ਦਊਗੇ ਅੱਗੇ। ਇੰਨਾ ਟੈਕਸ ਲੈ ਕਿੱਥੇ ਜਾਣਾ ਤੁਸੀਂ? ਉਹ ਬੈਠੇ ਇਕੱਠਾ ਕਰਦੇ ਮੈਂ। ਪਾਣੀ ਕਿੰਨਾ ਸੋਹਣਾ, ਥੱਲੇ ਉਤਰੀ ਉਤਰਦੇ ਆ, ਸਾਨੂੰ ਜੰਨਤ ਦਿਖਾਉਣੇ ਆ, ਬਹੁਤ ਸੋਹਣੀ। ਆਇਓ ਬਾਹਰ ਸਾਰੇ, ਵਾਕਈ ਵਾਜੀ ਆ, ਜੰਨਤ ਹੀ ਆ ਵੈ, ਹੈ ਨਾ, ਬਹੁਤ ਸੋਹਣਾ ਵਿਊ ਆ ਪੂਰਾ, ਦੇਖੋ ਇੰਨਾ ਸੋਹਣਾ ਵਾ, ਕੈਮਰੇ ਚ ਨਹੀਂ ਪਤਾ ਲੱਗਦਾ ਹੋਣਾ, ਪਰ ਇੱਥੇ ਖੜੇ ਹੋ ਕਿਹੜਾ ਨਜ਼ਾਰਾ ਆਉਂਦਾ ਨਾ ਦੇਖਣ ਦਾ। ਕਰਕੇ ਫਿਰ ਅਸੀਂ ਵੀਡੀਓ ਦੁਆਲੇ ਹੁੰਦੇ ਹਾਂ, ਹੋਰ ਫੋਟੋ ਫੋਟਾ ਖਿੱਚ ਲਈਏ, ਹੁਣ ਖਿੱਚੋ, ਇੱਦਾਂ ਖਿੱਚੋ ਮਾੜੀ ਮੇਰੀ ਫੋਟੋ। ਉਧਰ ਜਾਣ ਨੀ ਦੇਣਾ ਭਾਈ, ਸਾਹਮਣੇ ਜਾਣਾ, ਉਧਰ ਜਾਣ ਨੀ ਦੇਣਾ ਉਹਨਾਂ ਨੇ।
0 किलोमीटर भाखड़ा पानी यार इन्ना ज्यादा सारी टैंकी च भी पानी नहीं देखा मैंने जिन्ना इतने आ गया है बड़ा ही ज्यादा काम आलो जी हुण तुहानू दिखाउणे आ व्यू आ देखो ओए ओए आ देखो इधर फिर अने कुर्सियां लगी फन होने लगा ही पहुंच गया बोट दिखाने एक जाती है किसी दी नहीं चेतावनी भी इत जिन बोर्ड च बहना अपने रिस्क ते बहना ठीक है भाजी सुन लो क्यों कौन कहता बैठन का अभी फोटा फोटा खेदे पे एक होर प्रधान आ गया कहता फोटा खिंच छड़ना नहीं जाया नहीं तेन कुछ कहते भरावा देखो कितना सोना पानी है बहुत ज्यादा जेड़ा वो नहीं अच्छे होने आगे जूम बहुत ना वो है ना तू देखी ब्रीथ करके देख फोटो बढ़िया खींच कितना सोना वा बहुत मजेदार है शायद फोन च नहीं सदा पर इतों नजारा देख देना अड़ियां अखा नाल इन्हां बहुत मजेदार चीज नॉर्मल फोटो ते कीता ही मैंने नॉर्मल फोटो बड़ी दूर तक आ पानी थले जाके फिर थले जाके फिर तुम दिखाने फिर ताजा पानी हाथ ना करके हम थले चले नीचे नीचे हाँ जी ना ना ब्लॉगर लगता डर तो मैं पहले ही दूर पहले रहना ही हरिया मच्छिया हेलो गाइस हेलो ਕਿੰਨੀਆਂ ਸਹੀ ਲੱਗਦੀਆਂ ਨਾ ਉਹ ਨਾ ਪਰ ਬਹੁਤ ਫਰਕ ਹੋਣਾ ਉਹ ਤੋਂ ਨਜ਼ਾਰਾ ਉਹ ਨਜ਼ਾਰਾ ਇੱਥੋਂ ਕੋ ਨਜ਼ਾਰਾ ਥੱਲੇ ਨੂੰ ਗਿਆ ਨਾ ਤੇ ਨਜ਼ਾਰਾ ਉਹ ਥੱਲੇ ਜਾਣਾ ਹੀ ਤੂੰ ਤਾਂ ਆਲੇ ਹੈ ਵਾਟਰਪ੍ਰੂਫ ਹੀ ਡੇਗਾ ਇਹਦੇ ਵਿੱਚ ਹਾਂ ਇਦਾਂ ਡੇਗ ਹੋਰੀਆਂ ਹੋਰੀਆਂ ਓਏ ਹੋਏ 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 ਬਹੁਤ ਸਹੀ ਹੈ ਟੋਪੀ ਦਾ ਪਰਛਾਵਾਂ ਹੋ ਰਿਹਾ ਯਾਰ ਟੋਪੀ ਲਾ ਲਾ ਯਾਰ ਬਹੁਤ ਨਹੀਂ ਦੇਖਿਆ ਬਹੁਤ ਮਜ਼ਾ ਆ ਆ ਬਣ ਲਿਆ ਬਲੌਗ ਆ ਗਏ ਅੰਕਲ ਹੁਣੀ ਵਾਪਸ ਘੁੰਮ ਕੇ ਕਿੱਧਰ ਅੰਕਲ ਵਧੀਆ ਸੀ ਦਿਖ ਜਾ ਉਹ ਭਾਵੇਂ ਆਪ ਚਲਾਉਂਦੇ ਹੁਣ
ਚਲੇ ਗਾਇਸ ਚਲੋ ਚਲੇ ਭਾਜੀ ਚਲੋ ਭਾਈ ਹੁਣ ਇੱਥੋਂ ਵਾਪਸ ਚੱਲੇ ਆ ਹੋਰ ਲੋਕੇਸ਼ਨ ਦੇਖਦੇ ਫੇਰ ਤਾਂ ਹੈ ਬ੍ਰਿਜ ਵੀ ਦੇਖ ਆ ਬ੍ਰਿਜ ਦੇਖਣਾ ਸੀ ਹੁਣ ਉਸ ਤੋਂ ਬਾਅਦ ਅੱਗੇ ਜਾਣੇ ਬਣੇ ਰਹੋ ਇਦਾਂ ਨਾਲ ਫੇਰ ਤਾਂ ਦਿਖਾਉਣੇ ਹੋਰ ਕੁਛ ਕਈ ਕੁਛ ਯੋ ਕਈ ਕੁਛ ਆਰੇ ਭਾਜੀ ਹੁਣ ਹੈ ਇੱਥੋਂ ਅਸੀਂ ਹੁਣ ਉੱਥੇ ਅੱਗੇ ਜਾਣਾ ਉੱਥੇ ਦੇਖੋ ਕਿੰਨਾ ਉੱਤੇ ਨੂੰ ਜਾਣ ਦਾ ਇੱਦਾਂ ਕਰਕੇ ਸਿੱਧੀ ਸਿੱਧੀ ਹੈ ਚਲੋ ਆ ਜਾ ਦੇਖਿਓ ਹੁਣ ਮੈਂ ਜਾਣਾ ਉੱਤੇ ਸਿੱਧੇ ਉੱਤੇ ਉਹ ਅਸੀਂ ਜਾਊਂਗਾ ਉਹ ਭੱਜ ਗਿਆ ਫੜੋ 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 ਫੜ ਲਓ ਚੋਰ 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 ਫੜ ਲਓ ਸਾਹ ਚੜ ਗਿਆ ਭੱਜ ਗਿਆ ਉਹਦੇ ਭਾਈ ਨੇ ਮੈਨੂੰ ਪੰਪ ਦੇ ਦਿੱਤੇ ਮੈਂ ਸਾਰੇ ਪੰਪ ਲੈ ਕੇ ਉੱਤੇ ਆ ਗਿਆ ਮੈਨੂੰ ਪਤਾ ਲੱਗਾ ਹੁਣ ਪੰਪ ਸਾਰੇ ਪਿੰਨੀਆਂ ਤੇ ਆ ਗਏ ਹੁਣ ਆਓ ਚੱਲੀ ਹੁਣ ਅਸੀਂ ਪਿੱਛੇ ਤਾਂ ਆ ਗਏ ਹਾਂ ਅੱਗੇ ਇੰਨੀ ਉੱਚੀ ਆ ਹੁਣ ਜਾਣਾ ਅੱਗੇ ਮੈਨੂੰ ਚੱਕ ਲਿਓ ਫੇ ਜਾਣਾ ਥੋੜਾ ਔਖਾ ਆ ਇੱਧਰ ਵੀ ਜਾ ਸਕਦੇ ਹਾਂ ਕਿੱਥੇ ਇਹ ਥੋੜੀ ਜ਼ਿਆਦਾ ਉੱਚੀ ਸੀ ਹੈ ਨਾ ਵੱਡੇ ਜੱਸੀ ਆ ਪਤਾ ਨਾ ਜਿੰਨ ਤੇ ਕੱਢ ਕੇ ਬਾ ਥੋੜੀ ਰਹਿ ਗਈ ਥੋੜੀ ਰਹਿ ਗਈ ਉੱਥੇ ਬਸ ਜੇ ਪਿੱਛੇ ਬੱਕਰੀ ਆ ਉੱਥੇ ਬੋਲ ਨਹੀਂ ਹੁਣਾ ਕੁਛ ਜੇ ਪਿੱਛੇ ਡੱਗੇ ਤਾਂ ਫੜ ਲਿਓ ਮੈਨੂੰ ਥੋੜੀ ਜ਼ਿਆਦਾ ਖਾਲਾ ਐਡਵੈਂਚਰ ਹੋ ਗਿਆ ਇਹਦਾ ਬੜਾ ਜ਼ਿਆਦਾ ਉਹ ਤਾਂ ਬੂਟ ਵੀ ਦੇਖ ਕਿਹੜੇ ਪਾਣੀ ਹੈ ਨਾ ਇਹਨਾਂ ਨੇ ਕਰ ਲਈ ਟਰੈਕਿੰਗ ਸੈਟਿੰਗ ਹੋ ਗਈ ਉਹ ਬਸ ਸਾਹ ਚੜ ਗਿਆ ਹੁਣ ਬੁਰੀ ਹਾਲਤ ਹੋ ਗਈ ਪਾਣੀ ਪੀਤਾ ਆ ਗਿਆ ਸਾਰਿਆਂ ਨੇ ਸਾਹ ਚੜ ਗਿਆ ਬੜੇ ਵੱਡੇ ਸਾਈਜ਼ ਦੇ ਲਿਆ ਸੀ ਤੂੰ ਤਾਂ ਫਿਰ ਹੁਣ ਪਾਣੀ ਪੀਤਾ 20 ਮਿੰਟ ਫੇਵੜੇ ਮੇਰੇ ਥੱਲੇ ਆ ਚੜ ਗਏ ਸੀ ਤਾਂ ਨੂੰ ਰਨਿੰਗ ਕਰ ਜਾ ਮੇਰਾ ਸੀ ਟੱਪ ਲਾ ਉਹ ਵੀ ਬਾਅਦ ਚ ਬਸ ਜੀ ਨਹੀਂ ਮਿਲਦੇ ਤੁਹਾਨੂੰ ਫਨ ਕਰਕੇ ਆਏ ਫਨ ਤਾਂ ਭਾਜੀ ਪੂਰਾ ਹੋਇਆ ਨਾ ਥੱਲੇ ਉੱਥੇ ਮਜ਼ੇ ਤਾਂ ਆਏ ਉਦਾਂ ਪਰ ਉੱਤੇ ਜਾ ਕੇ ਉੱਤੇ ਉਹਨੇ ਸਾਹ ਚੜ ਗਿਆ ਬਸ ਦੇਖ ਲੈਣਾ ਸੀ ਪਿਆ ਉੱਥੇ ਪਿਆ ਬਾਸ ਪਿਆ ਹਾਂ ਜੀ ਰੱਖਿਆ ਮੈਂ ਉੱਥੇ ਉਹ ਦੇਖੋ ਆਸ ਪਾਸ ਬਾਸ ਆਨੇ ਦੋ ਇਹ ਸਾਡਾ ਬਾਸ ਭਾਖੜਾ ਬਿਆਸ ਮੈਨੇਜਮੈਂਟ ਵਿਜ਼ਿਟ 8 ਤੋਂ ਲੈ ਕੇ 4 ਵਜੇ ਤੱਕ ਆ ਭਾਜੀ ਮਾਰਨਿੰਗ ਕਹਿੰਦਾ ਜੀ ਕਹਿੰਦਾ 6 ਵਜੇ ਤੱਕ ਹੋ ਜਾਊਗਾ ਓਕੇ ਫੇਰ ਠੀਕ ਆ ਇਹ 12 ਮਿੰਟ ਦਾ ਐਂਟਰ ਉਹ ਆ ਰਾਜ ਨਾ ਇਹ ਤਾਂ ਕੋਈ ਗੱਲ ਹਾਂ ਵੀ ਦਾ ਐਂਟਰੀ ਦਾ ਨਾ ਹਾਂ ਮੇਰੀ ਐਂਟਰੀ ਦਾ ਨਹੀਂ ਰਿਫਿਊਜ਼ ਹੋ ਜਾਗੇ ਇਹ ਜਿਹੜਾ ਬਹੁਤ ਸੋਹਣੀ ਪਾਰਕ ਵਾ ਨੰਗਲ ਵਾਲੀ ਉੱਥੇ ਹੀ ਆਏ ਆ ਬਹੁਤ ਸੋਹਣੀ ਤੁਹਾਨੂੰ ਦਿਖਾਉਣੇ ਆ ਨਗਰ ਕੌਂਸਲ ਦੇ ਬਾਥਰੂਮ ਇਹ ਵੀ ਦਿਖਾ ਦੇ ਵਿੱਚ ਹੀ ਨਾ ਇੱਥੇ ਕਰ ਲੈਂਦਾ ਤੂੰ ਸਿਲੜੀ ਦੇਖ ਕੇ ਨੀਤੀ ਆ ਆਹੋ ਵੇ ਇਹ ਵੀ ਸਾਡੇ ਅਗੇ ਲੱਭਦੇ ਨੇ ਆਸਾ ਪਾਸਾ ਜਾ ਹੋਟਲ ਹੀ ਮੈਂ ਕਿਹਾ ਵਧੀਆ ਉਹਦਾ ਕੰਮ ਡਸਟਬਿਨ ਨਹੀਂ ਹੋਊਗਾ ਮੈਂ ਤਾਂ ਗਲਾਸ ਲੈ ਕੇ ਦੇਖਣਾ ਚਾਹੀਦਾ ਹਾਲ ਬਹੁਤ ਵਧੀਆ ਇੱਥੇ ਦੇਖਣ ਵਾਲੀ ਚੀਜ਼ਾਂ ਬਹੁਤ ਵਧੀਆ ਤੇ ਦੇਖਣੀ ਆਏ ਅਸੀਂ ਵੀ ਬੜਾ ਸੋਹਣਾ ਵਿਊ ਪੁਆਇੰਟ ਆ ਉਧਰ ਵੀ ਆ ਸਹੀ ਗੱਲ ਕੁੱਖ ਨਹੀਂ ਆਉਂਦਾ ਹੁਣ ਊੜਾ ਅੱਧਾ ਇੰਡੀਆ ਜਾ ਭੁੱਲ ਜਾਂਦਾ ਆਹੋ ਨਹੀਂ ਨਹੀਂ ਖਰਾਬ ਆ ਭਾਜੀ ਪਾਣੀ ਦੀ ਉਹ ਨਾਲ ਖਰਾਬ ਸੀ ਨਾ ਮੈਂ ਬੰਦ ਕਰ ਦੇਣਾ ਸੀਗਾ ਹਮ ਪਾਣੀ ਬਚਾਤੇ ਹੈ ਹੈਗਾ ਸੀ ਥੋੜ੍ਹਾ ਜਿਹਾ ਗੰਦ ਜਿਹਾ ਪੈ ਗਿਆ ਨਾ ਗ੍ਰੀਨਰੀ ਜੀ ਗ੍ਰੀਨਰੀ ਕਾਹਦੀ ਬੂਟੀ ਦੇਖ ਲਓ ਬਹੁਤ ਵਧੀਆ ਅੱਗੇ ਆ ਦੇ ਦੇ ਆਇਓ ਕਿਹੜਾ ਕਿੱਥੇ ਕਿਹੜਾ ਅੱਛਾ ਉਹ ਉੱਥੇ ਵਿੱਚ ਆਹੋ ਉਹ ਦੇਖੋ ਦੋ
ਪੱਥਰ ਜੇ ਹੁਣ ਦੂਜਾ ਬੰਦਾ ਫੋਨ ਤੇ ਤੈਨੂੰ ਰਾਸਤਾ ਦੱਸਦਾ ਹੁਣ ਤੇ ਕਰੀ ਇਧਰ ਨੂੰ ਦੇਖ ਇਧਰ ਨੂੰ ਦੇਖ ਹੁਣ ਬੰਦਾ ਕੀ ਸੁੱਚੀ ਕਿੱਧਰ ਨੂੰ ਦੇਖ ਜੈਨੂੰ ਕਿਤੇ ਹੋਰ ਪਹੁੰਚਿਆ ਹੁੰਦਾ ਉਸ ਤੋਂ ਅੱਗੇ ਹੋਣਾ ਆ ਸਟੈਪ ਤਾਂ ਕੀ ਆ ਨਾ ਸਟੈਪ ਪਿਆ ਹਜੇ ਆ ਤਾਂ ਦੀਵਾ ਜਿਹਾ ਪਿਆ ਆ ਸਟੈਪ ਲਾ ਆ ਦੇਖੋ ਇਧਰ ਦੇਖਦੇ ਨਾ ਥੱਲੇ ਹੈਗਾ ਪਾਣੀ ਦੇ ਵਿੱਚ ਠੀਕ ਆ ਅੱਜ ਲਈ ਫੇ ਗੰਗਾ ਇਦਾਂ ਉੱਥੇ ਨਾ ਹਰ ਦੋ ਬਤਕਾ ਦੇਖੋ ਕਿੰਨੀ ਬਣੀ ਇੱਥੇ ਉਹ ਦੇਖੋ ਉੱਥੇ ਵੀ ਹੱਲ ਵਾਲੀ ਜਿਹੜੀ ਨਾਈਸ ਬਿਊਟੀ ਬਾਕੀ ਬਤਕਾ ਸਟੇ ਆ ਦੋ ਚੰਨ ਉੱਡ ਗੁੜੀਆ ਨੂੰ ਵਾਕਈ ਬਹੁਤ ਹੁੰਦਾ ਜੀ ਆਂਟੀ ਕਹਿ ਦੀਏ ਨਾ ਬਹੁਤ ਹੁੰਦਾ ਕਹਿਣਾ ਨਹੀਂ ਚਾਹੀਦਾ ਪਰ ਫੇਰ ਵੀ ਚਲੋ ਅਗਲੀਆਂ ਮਾਇੰਡ ਕਰ ਜਾਂਦੇ ਸਾਨੂੰ ਮੇਰੇ ਛੋਟੇ ਛੋਟੇ ਨਿਆਣੇ ਇੱਕ ਦਿਨ ਮੈਂ ਜਾਂਦਾ ਮੈਨੂੰ ਕਹਿੰਦਾ ਅੰਕਲ ਪਤਾ ਨਹੀਂ ਕਿਉਂ ਪੁੱਛਦਾ ਹੈਗਾ ਪਰ ਮਾਇੰਡ ਹੀ ਮੇਰੇ ਮੈਂ ਕਿਹਾ ਅੰਕਲ ਕੀ ਹੁੰਦਾ ਕਹਿੰਦਾ ਮੈਂ ਹਲੇ ਵਿਆਹ ਨਹੀਂ ਹੋਇਆ ਭੱਜ ਗਿਆ ਪਾਣੀ ਦਿਖਾਉਣੇ ਕਿੰਨਾ ਸੋਹਣਾ ਦੇਖਿਓ ਯਾਰ ਕਹਿੰਦਾ ਭਾਈ ਬਾਹਰੋਂ ਆਇਆ ਕਹਿੰਦਾ ਪ੍ਰੀਤ ਭਾ ਬਾਹਰੋਂ ਆਇਆ ਕਹਿੰਦਾ ਮੈਂ ਆਪਣੇ ਵੱਲੋਂ ਦੇਖੋ ਕਿੰਨਾ ਗ੍ਰੀਨ ਪਾਣੀ ਆ ਪੂਰਾ ਗ੍ਰੀਨ ਸਾਫ ਸੁਥਰਾ ਹਾਂਜੀ ਹਾਂਜੀ ਕੋਈ ਨਾ ਦੇਖੋ ਕਿੰਨਾ ਸੋਹਣਾ ਦੇਖੋ ਇਹ ਨਹੀਂ ਯਾਰ ਨਹੀਂ ਮਿਲਣਾ ਹੋਰ ਜਿਹੜਾ ਇੱਥੇ ਆ ਦੇਖੋ ਇਹ ਵਾਲੇ ਤੇ ਉਹ ਪਰਲੇ ਤੇ ਨਾ ਇੱਥੇ ਅੱਛਾ ਉਹ ਸਾਹਮਣੇ ਉਹ ਉੱਥੇ ਸ਼ੂਟਿੰਗ ਪਲੇਸ ਆਪਲਾ ਬ੍ਰਿਜ ਅਜ ਤੋਂ ਕਈ ਸਾਲ ਪਹਿਲਾਂ ਗੁਰੂ ਨੇ ਰਿਜੈਕਟ ਕਰਤਾ ਸੀਗਾ ਤੇ ਹੁਣ ਉਹਦਾ ਨਵਾਂ ਬਣਦਾ ਪਿਆ ਵਾ ਇੱਥੇ ਹੁਣ ਬਸ ਚੱਲਾਂਗਾ ਦੇਖ ਲਓ ਉਹ ਬਾਬਾ ਉਹਦਾ ਮੰਦਰ ਆ ਵਾਲਾ ਇਹ ਬਣਾ ਉਹਦਾ ਨਵਾਂ ਬਣਦਾ ਪਿਆ ਉਹ ਉੱਥੇ ਜਾ ਕੇ ਪਿੱਛੇ ਇਹਨੂੰ ਹੇਠ ਤਾਂ ਨਹੀਂ ਕੀਤਾ ਕਰਕੇ ਦੇਖ ਲਓ ਗੁਰੂ ਨੇ ਪਹਿਲਾਂ ਹੀ ਕਰਤਾ ਸੀ ਅੱਜ ਕਈ ਸਾਲ ਪਹਿਲਾਂ ਇਹ ਹੁਣ ਬਣਾਉਣ ਲੱਗੇ ਆ ਬੜੀ ਸ਼ਾਂਤ ਲੋਕੇਸ਼ਨ ਆ ਇੱਥੇ ਹੀ ਰੁਕੇ ਆ ਆ ਦੇਖੋ ਇੱਧਰ ਬੈਕ ਸਾਈਡ ਕੁਝ ਖਾਣਾ ਪੀਣਾ ਅਸੀਂ ਕਿਹਾ ਪੈਕ ਕਰਾ ਲਈਏ ਤੇ ਖਾਣੇ ਕਾਫੀ ਟਾਈਮ ਹੋ ਗਿਆ ਇੱਥੇ ਘੁੰਮਦਿਆਂ ਨੂੰ ਭੁੱਖ ਜਿਹੀ ਲੱਗ ਗਈ ਆ ਪੇਟ ਨੂੰ ਸਾਡੇ ਨੂੰ ਅਸੀਂ ਹੁਣ ਕੁਛ ਖਾਣਾ ਪੀਣਾ ਪੈਕ ਕਰਾ ਕੇ ਫਿਰ ਅਸੀਂ ਜਾਵਾਂਗੇ ਇੱਧਰ ਨੂੰ ਹੰਡੋਲਾ ਕੀ ਬ੍ਰਿਜ ਦਾ ਨਾਮ ਸੀ ਹੰਡੋਲਾ ਬ੍ਰਿਜ ਉੱਧਰ ਨੂੰ ਹੀ ਜਾਣਾ ਵਾ ਸੋਚਦੇ ਵੀ ਉੱਥੇ ਖਾਣ ਨੂੰ ਕੁਛ ਲੈ ਜਾਈਏ ਨਾਲ ਹੀ ਪਰ ਅਸੀਂ ਉਹਨੂੰ ਜਾਣਾ ਆ ਅਤੇ ਅਸੀਂ ਉੱਧਰ ਨੂੰ ਚੱਲੇ ਹਾਂ ਹੁਣ ਅਤੇ ਕੁਛ ਕਰਾ ਲਈਏ ਖਾਣ ਨੂੰ ਪੈਣ ਫਿਰ ਉੱਥੇ ਜਾਵਾਂਗੇ ਯੋ ਬਰੋ ਅਸੀਂ ਇੱਥੇ ਘੁੰਮਦੇ ਪਏ ਸੀ ਉੱਦਾਂ ਹੀ ਥੋੜ੍ਹੇ ਉੱਧਰ ਖਾਣਾ ਪੀਣਾ ਪੈਕ ਹੁੰਦਾ ਵਿਆ ਅਸੀਂ ਕਿਹਾ ਚਲੋ ਘੁੰਮ ਲਏ ਤਾਂ ਬੜਾ ਸ਼ਾਂਤ ਏਰੀਆ ਦੇਖੋ ਇੱਧਰ ਕਿੰਨਾ ਸੋਹਣਾ ਹੈਗਾ ਗ੍ਰੀਨਰੀ ਬਹੁਤ ਸੋਹਣੀ ਹੈ ਅਸੀਂ ਪੰਜਾਬ ਤੋਂ ਬਾਹਰ ਹੋਣ ਆਏ ਹਾਂ ਕਿ ਚਲੋ ਅੱਜ ਥੋੜ੍ਹਾ ਘੁੰਮਦੇ ਫਿਰਦੇ ਪੂਰਾ ਅਵਾਰਾ ਗੱਦੀ ਫੁੱਲ ਕਰਨੀ ਅਸੀਂ ਅਵਾਰਾ ਗੱਦੀ ਆਹ ਇਹ ਫਾਂਸੀ ਲੈਣ ਟੰਗੇ ਕਿ ਉੱਧਰ ਟੰਗੇ ਭਾਅ ਜੀ ਆ ਦੇਖੋ ਟਾਇਰ ਜਿਹਾ ਚਲੋ ਜੋ ਵੀ ਆ ਅਸੀਂ ਤੁਰੇ ਫਿਰਦੇ ਫਿਰਦੇ ਕਿ ਚਲੋ ਗੇੜੀ ਮਾਰ ਕੇ ਆਉਂਦੇ ਇੱਕ ਬੜੇ ਸੋਹਣੇ ਬਣੇ ਆ ਘਰ ਜਿਹਾ ਦੇਖੋ ਬਹੁਤ ਵਧੀਆ ਹੈ ਲੋਕ ਕਰਦੇ ਅਸੀਂ ਉਹ ਲੋਕ ਬੈਠੇ ਹਾਂ ਆਪਦੇ ਆਪਦੇ ਘਰਾਂ ਦੇ ਬਾਹਰ ਅਸੀਂ ਉੱਦਾਂ ਗੇੜੀ ਜੀ ਮਾਰਨ ਆਏ ਹਾਂ ਐਵੇਂ ਕਹਿ ਭਾਈ ਕਹਿਣ ਨਾਲ ਆਪਣ ਵੀ ਕਿਉਂ ਕੌਣ ਤੁਸੀਂ ਚੱਲ ਆਪਾਂ ਨੂੰ ਕਹਿੰਦੇ ਆਈਫੋਨ ਮੱਤੇ ਮਾਰਨਾ ਅਸੀਂ ਚਲੋ ਘੁੰਮਣ ਹੀ ਅਸੀਂ ਕਿਹੜਾ ਕੋਈ ਸ਼ਰਾਰਤਾਂ ਕਰਦੇ ਹਾਂ ਚਲੋ ਫਿਰ ਅੱਜ ਦਾ ਫਨ ਬਹੁਤ ਵਧੀਆ ਹੋਇਆ ਬਹੁਤ ਸੋਹਣਾ ਏਰੀਆ ਨੰਗਲ ਦਾ ਏਰੀਆ ਹੈ ਅਤੇ ਵਧੀਆ ਸੋਹਣਾ ਆ ਉੱਦਾਂ ਦਾ ਬੜਾ ਸ਼ਾਂਤ ਜਿਹਾ ਏਰੀਆ ਵਾ ਸੋਹਣਾ ਲੱਗਦਾ ਇੱਦਾਂ ਦੇ ਸ਼ਾਂਤ ਤੇਰੇ ਟੀ ਟੀ ਪਾਂ ਪਾਂ ਜੀ ਪਸੰਦ ਹੀ ਨਹੀਂ ਗੀ ਸਾਨੂੰ ਆ ਇੱਧਰ ਨੂੰ ਕਰਕੇ ਅਸੀਂ ਆਏ ਹਾਂ ਵਿੱਚ ਨਾ ਮਾਰਦੇ ਅੰਕਲ ਜੀ ਸਾਡੇ ਇਹ ਹੈਗੀ ਸੈਕਟਰ ਪਾਰਕ 4 ਸੈਕਟਰ 4 ਦੀ ਪਾਰਕ ਆ ਦੇਖੋ ਪਾਰਕ ਹੈਗੀ ਨੰਗਲ ਦੀ ਸੋਹਣੀ ਆ ਲੋਕੇਸ਼ਨ ਉੱਦਾਂ ਫਿਰ ਇਸ ਤੋਂ ਅਸੀਂ ਜਾਣਾ ਹੁਣ ਉੱਧਰ ਸ਼ਾਮ ਨੂੰ ਤੁਹਾਨੂੰ ਦਿਖਾਵਾਂਗੇ ਸਨਸੈਟ ਪੁਆਇੰਟ ਜਿਹੜਾ ਕਿ ਸਭ ਨੂੰ ਬੈਸਟ ਵਾ ਇੱਥੇ ਦਾ ਸਨਸੈਟ ਪੁਆਇੰਟ ਉਹ ਫਿਰ ਤੁਹਾਨੂੰ ਦਿਖਾਵਾਂਗੇ ਜੋ ਕਿ ਸਪੈਸ਼ਲ ਉਹਦਾ ਕਰਕੇ ਮੈਂ ਆਇਆ ਦੇਖਣ ਵਧੀਆ ਚੀਜ਼ ਹੁੰਦੀ ਆ ਮੈਨੂੰ ਬੜਾ ਪਸੰਦ ਆ ਸਨਸੈਟ ਅਤੇ ਸਨਰਾਈਜ਼ ਮੈਨੂੰ ਦਿਖਾਉਣੇ ਤੁਹਾਨੂੰ ਰੈਸਟ ਹੁੰਦੀ ਹੋਈ ਇੱਥੇ ਰੈਸਟ ਕਰਦੇ ਬੈਠੇ
ਬਹੁਤ ਘੁੰਮ ਲਿਆ ਫਿਰ ਲਿਆ ਸੀਗਾ ਰੈਸਟ ਕਰ ਲਈ ਥੋੜ੍ਹੀ ਜਿਹੀ ਹੁਣ ਥੱਕ ਗਿਆ ਪਿੰਨੀਆਂ ਦੁਖਣ ਲੱਗ ਪਏ ਸਹੀ ਗੱਲ ਜੇ ਕੋਈ ਮਾਲਸ਼ੀ ਹੈਗਾ ਇੱਥੇ ਕੰਟੈਕਟ ਕਰ ਲਵੇ ਸਹੀ ਗੱਲ ਪਿੰਨੀਆਂ ਘੁੱਟ ਦੇ ਸਾਡੀਆਂ ਆ ਕੇ ਆਹੋ ਆ ਗਈ ਤੇ ਮੈਨੂੰ ਹੁਣੇ ਦੇਖੀ ਸੀਗੀ ਮਾੜੀ ਜਿਹੀ ਉੱਡਦੀ ਉੱਡਦੀ ਹੁਣੇ ਹੀ ਚੱਲੇ ਹਾਂ ਵਾਪਸ ਸਮਾਨ ਸਮੂਹ ਪੈਕ ਕਰਾ ਕੇ ਚਲੋ ਵੀ ਚੱਲੀਏ ਯੋ ਮਿੱਤਰੋ ਘੁੰਮਣ ਨੂੰ ਕਿਸੇ ਲੈ ਵਾਰੀ ਆਪਾਂ ਘੁੰਮਣ ਨੂੰ ਨੰਗਲ ਨੂੰ ਯੋ 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 ਤੁਹਾਨੂੰ ਇੱਕ ਮਿੱਤਰ ਪਿਆਰਾ ਮਿਲਿਆ ਦੇਖੋ ਇੱਥੇ ਕਿੰਨਾ ਸੋਹਣਾ ਬਹੁਤ ਸੋਹਣਾ ਭਾਜੀ ਤੈਨੂੰ ਵੀਡੀਓ ਦਿਖਾਉਣੇ ਕਿੰਨਾ ਸੋਹਣਾ ਦੇਖਿਓ ਇੱਕ ਇੱਧਰ ਉਹ ਬਤਕਾ ਰੱਖਿਆ ਭਾਜੀ ਕਬੂਤਰ ਕਬਾਤਰ ਆ ਦੇਖੋ ਹੋਰ ਦੇਖੋ ਥੱਲੇ ਆਹੋ ਦੇਖੋ ਥੱਲੇ ਕਿੰਨਾ ਸੋਹਣਾ ਵਿਊ ਆ ਦੇਖੋ ਦੇਖੋ ਕਿੰਨਾ ਸੋਹਣਾ ਵਿਊ ਅੱਗੇ ਤੁਹਾਨੂੰ ਮਿਲਣਾ ਇੱਧਰ ਇਹ ਆਪਾਂ ਹੀ ਦਿਖਾ ਸਕਦੇ ਹਾਂ ਯਾ ਮੈਂ ਵੀ ਬੜਾ ਸੋਹਣਾ ਡੌਗੀ ਸੀਗਾ ਸਾਨੂੰ ਮਿਲਿਆ ਸੀਗਾ ਅਸੀਂ ਉਹਨਾਂ ਟਾਈਮ ਸਪੈਂਡ ਕੀਤਾ ਬਹੁਤ ਇਹਦਾ ਮਨ ਤਾਂ ਕਰਦੇ ਨਾਲ ਲੈ ਜਾਈਏ ਪਰ ਨਹੀਂ ਲਿਆ ਸਕਦੇ ਹੁਣ ਅਸੀਂ ਚੱਲੇ ਅੱਗੇ ਨੂੰ ਤੁਹਾਨੂੰ ਮਿਲਦੇ ਜਾ ਕੇ ਬੜੀ ਸੋਹਣੀ ਨਾ ਗ੍ਰੀਨਰੀ ਆ ਦੇਖੋ ਹੰਡੋਲਾ ਬ੍ਰਿਜ ਪਹੁੰਚ ਗਏ ਅਸੀਂ ਇੱਥੋਂ ਜਾਣਾ ਘੁੰਮ ਕੇ ਇੱਧਰ ਆ ਕੇ ਆ ਦੇਖੋ ਪੜ੍ਹ ਲਓ ਆਪੇ ਸਾਰਾ ਇਹਨਾਂ ਨੇ ਬਈ ਦਿਖਾਉਣਾ ਤੁਹਾਨੂੰ ਵਧੀਆ ਹਾਂ ਆ ਦੇਖੋ ਇਹ ਆ ਜੀ ਹੰਡੋਲਾ ਬ੍ਰਿਜ ਆ ਹੈਲ ਦਾ ਵਿਆਹ ਹੈ ਨਾ ਭਾਜੀ ਉੱਦਾਂ ਹੈ ਨਾ ਹੈਲ ਦਾ ਵਿਆਹ ਪਹਿਲਾਂ ਲੱਕੜਾ ਸੀਗਾ ਭਾਈ ਓਕੇ ਇਹਨਾਂ ਥੋੜ੍ਹਾ ਹਿਲਦਾ ਪਿਆ ਵਾ ਅਤੇ ਹੁਣ ਅਸੀਂ ਇੱਧਰ ਨੂੰ ਜਾਂਦੇ ਪਿਆ ਤਾਂ ਦਿਖਾਉਣੇ ਅੱਗੇ ਜਾ ਕੇ ਫਿਰ ਬੜਾ ਸੋਹਣਾ ਵਾ ਉੱਚਾ ਵੀ ਬਹੁਤ ਆ ਦੇਖੋ ਆ ਕੋਈ ਉਹ ਥੱਲੇ ਵੀ ਜਾ ਸਕਦੀ ਬਾਬੇ ਆਪਾਂ ਉਹ ਦੇਖੋ ਹੈ ਨਾ ਲੋਕੇਸ਼ਨ ਅੱਛੀ ਹੈ ਮੱਛੀ ਫੜ ਮੱਛੀ ਫੜਦੇ ਮੱਛੀ ਆਹੋ ਆਹ ਦੇਖੋ ਇੱਥੇ ਸਾਹਮਣੇ ਉੱਦਾਂ ਹੀ ਸਹੀ ਹੈ ਬੜਾ ਸਹੀ ਆ ਦੇਖਿਓ ਫਿਰ ਕੋਈ ਨਾ ਵਾਟਰ ਪ੍ਰੂਫ ਆ ਚੱਕ ਲੈਣਾ ਜਾ ਕੇ ਆਪਾਂ ਚੱਕ ਲੈਣਾ ਜਾ ਕੇ ਇਹ ਨਹੀਂ ਜਾਣ ਦਿੰਦੇ ਬੜਾ ਸੋਹਣਾ ਬਹੁਤ ਵਧੀਆ ਇੱਥੇ ਮਾਹੌਲ ਸ਼ਾਂਤ ਮਾਹੌਲ ਨਜ਼ਾਰਾ ਪੂਰਾ ਫੁੱਲ ਫੁੱਲ ਦੇਖਿਓ ਬਹੁਤ ਸੋਹਣਾ ਬਹੁਤ ਇੱਥੇ ਆਉਣਾ ਔਖਾ ਉੱਥੇ ਤਾਂ ਲੱਭ ਲੈਣਾ ਹੈਗਾ ਇੱਥੇ ਔਖਾ ਇਹਨੂੰ ਦੱਬ ਕੇ ਰੱਖੀ ਮਾੜਾ ਜਿਹਾ ਹੈ ਨਾ ਇੱਥੇ ਵੀ ਠੀਕ ਆ ਇੱਥੇ ਵੀ ਠੀਕ ਆ ਬੜਾ ਸੋਹਣਾ ਵਿਊ ਆ ਦੇਖੋ ਬੜਾ ਸੋਹਣਾ ਸ਼ਾਂਤ ਏਰੀਆ ਤੇ ਇੰਨਾ ਸੋਹਣਾ ਪਾਣੀ ਨਾ ਤੁਹਾਨੂੰ ਦਿਖਾਉਣੇ ਆ ਦੇਖੋ ਥੱਲੇ ਗ੍ਰੀਨ ਗ੍ਰੀਨ ਪੂਰਾ ਗ੍ਰੀਨ ਗ੍ਰੀਨ ਗ੍ਰੀਨਿਸ਼ ਪੂਰਾ ਗ੍ਰੀਨ ਗ੍ਰੀਨਿਸ਼ ਗ੍ਰੀਨਿਸ਼ ਪਾਣੀ ਦਾ ਰੰਗ ਵਿਊ ਕਿਦਾਂ ਪਾਣੀ ਦਾ ਰੰਗ ਕਿਦਾਂ ਗ੍ਰੀਨ ਗ੍ਰੀਨ ਹਰਾ ਪਾਣੀ ਹਰਾ ਪਾਣੀ ਸੋਹਣਾ ਹੀ ਯਾਰ ਹੈ ਨਾ ਤੁਹਾਨੂੰ ਦਿਖਾ ਕੇ ਲਿਆਂਦਾ ਵਧੀਆ ਯਾਰ ਇੱਥੇ ਹੈ ਨਾ ਕਿੰਨਾ ਸੋਹਣਾ ਹੈ ਨਾ ਸ਼ਾਂਤੀ ਪੂਰੀ ਸ਼ਾਂਤੀ ਬਹੁਤ ਸੋਹਣਾ ਵਾ ਇੱਥੇ ਫੋਟੋ ਸ਼ੂਟ ਕਰ ਲਈਏ ਫਿਰ ਤੁਹਾਨੂੰ ਮਿਲਦੇ ਹਾਂ ਫੋਟੋ ਸ਼ੂਟ ਤਾਂ ਰੀਲਾਂ ਰੂਲਾਂ ਬਣਾ ਲਈ ਲੋਕ ਬਣਦੀਆਂ ਵੀ ਬਣਾਉਣੇ ਹੈ ਨਾ ਪੱਕੀ ਭਾਅ ਜੀ ਥੋੜ੍ਹੀਆਂ ਬਣਾ ਲਈਏ ਓਕੇ ਮਿਲਦੇ ਹਾਂ ਅਸੀਂ ਬੜਾ ਫੋਟੋ ਸ਼ੂਟ ਕਰਦੇ ਪਏ ਹੁਣ ਬਹੁਤ ਸੋਹਣਾ ਵਿਊ ਆ ਦੇਖੋ ਸਨਸੈਟ ਹੋਣ ਵਾਲਾ ਹੀ ਆ ਪਰ ਸਨਸੈਟ ਅਸੀਂ ਪੁਆਇੰਟ 'ਤੇ ਜਾਣਾ ਵਾ ਫੋਟੋ ਸ਼ੂਟ ਕਰਦੇ ਪਏ ਅਸੀਂ ਫਿਲਹਾਲ ਤਾਂ ਕਰਕੇ ਫਿਰ ਜਾਂਦੇ ਅੱਗੇ ਨੂੰ ਬਹੁਤ ਸੋਹਣਾ ਵਿਊ ਆ ਦੇਖੋ ਕਿੰਨਾ ਸੋਹਣਾ ਸਾਡੇ ਫੇਸ ਤੋਂ ਲੱਗਦਾ ਪਿਆ ਸਾਡੇ ਨਾਲ ਬਹੁਤ ਵਧੀਆ ਕੈਮਰੇ ਨਹੀਂ ਪਤਾ ਲੱਗੂ ਪਰ ਉੱਦਾਂ ਹੀ ਆਪਣੇ ਦੇਖਦੇ ਹਾਂ ਭਾਅ ਜੀ ਮੱਛੀਆਂ ਫੜਦੇ ਪਏ ਉਹਨਾਂ ਕੋਲ ਖੜੇ ਸੀ ਭਾਈ ਨੂੰ ਪੁੱਛਦੇ ਪਏ ਮੱਛੀਆਂ ਕਹਿੰਦੇ ਬਹੁਤ ਸ਼ੈਤਾਨ ਮੱਛੀਆਂ ਹੱਥ ਨਹੀਂ ਆਉਂਦੀਆਂ ਜਲਦੀ ਉੱਧਰਲੀ ਸਾਈਡ ਦਿਖਦੀਆਂ ਹੈਗੀਆਂ ਇੱਧਰ ਤਾਂ ਹੈ ਨਹੀਂ ਹੈ ਨਾ ਵਿੱਚ ਪਰ ਹੈਗੀਆਂ ਬਹੁਤ ਆ ਪਰ ਹੱਥ ਨਹੀਂ ਆਉਂਦਾ
ਸ਼ੈਤਾਨ ਮੱਛੀ ਹੈ ਸਿਆਣੀਆਂ ਸਿਆਣੀਆਂ ਨੂੰ ਪਤਾ ਸਾਨੂੰ ਫੜਨਾ ਆਇਆ ਇਹਨੇ ਫੜ ਕੇ ਸਾਨੂੰ ਕਰ ਦੇਣਾ ਫਰਾਈ ਹਣਾ ਭਾਜੀ ਹਾਂ ਭਾਈ ਚਲੋ ਭਾਜੀ ਮਿਲਦੇ ਆ ਫਿਰ ਠੀਕ ਭਾਜੀ ਵਧੀਆ ਲੱਗਾ ਮਿਲ ਕੇ ਓਕੇ ਜੀ ਚਲੋ ਆਓ ਚੱਲੀਏ ਮੱਛੀ ਫੜੋਗੇ ਬਹੁਤ ਮੱਛੀਆਂ ਵਾਲੀਆਂ ਭਾਈ ਅਸੀਂ ਇਹ ਹੁਣ ਚੱਲੀਏ ਅੱਗੇ ਨੰਗਲ ਦਾ ਮੇਲਾ इस टाइम चले सनसेट पॉइंट के ऊपर लेट हो गया पर जावांगे जरूर क्यों भाई जावांगे जावांगे अभी ना ट्रेन दी वेट करदे पे ट्रैफिक देखो कितना जाम आ ट्रेन दी असि वेट करदे पे ट्रेन तां दिखाउणे बड़ी सोहणी है छोटी जी आउंदी पई आ दिखाउणे तुहानू आ देखो ओ आ देखो आउंदी पई आ देखो ट्रेन दिखाउणे तुहानू आ बड़ी सोहनी नंगल की ट्रेन है बहुत सोहनी व्यू बहुत सोहना देखो इतना व्यू सगा हम अं बिच बहने ट्रैफिक हुई सी बहुत ज्यादा जाम हम अगे जाने तभी उस अगे चलूगी ट्रैफिक आ देखो सारी ट्रैफिक जाम सी हम अं तुरते अगे फिर अगे जाऊगी फिर बहने अगे ਨਾ ਟ੍ਰੈਫਿਕ ਵੇਟ ਕਰਦੇ ਕਰਦੇ ਹਨੇਰਾ ਹੋ ਗਿਆ ਹਾਏ ਹੋਰ ਸਨਸੈਟ ਸਾਡਾ ਗੱਡੀ ਵਿੱਚ ਹੀ ਹੋ ਗਿਆ ਜੀ ਸਨਸੈਟ ਦੀ ਵੇਟ ਕਰਦੇ ਕਿ ਰਹਿ ਗਿਆ ਵਿੱਚ ਹੀ ਦੇਖੋ ਹੁਣ ਜਾ ਕੇ ਲੋਕੇਸ਼ਨ ਦੇਖ ਲੈਣੀ ਜਾ ਕੇ ਤਾਂ ਸਨਸੈਟ ਤਾਂ ਰਹਿ ਗਿਆ ਮੈਂ ਕਿਹੜੀ ਬੁਰੀ ਗੱਲ ਅਸੀਂ ਰੁਕਿਆ ਨੰਗਲ ਡੈਮ ਦੇ ਉੱਤੇ ਟ੍ਰੈਫਿਕ ਇੰਨਾ ਜ਼ਿਆਦਾ ਵਾ ਆ ਦੇਖੋ ਤਾਂ ਵੀਰ ਦਿਖਾਣੇ ਸਾਹਮਣੇ ਆ ਦੇਖੋ ਇੱਧਰ ਕਿੰਨੇ ਵਜੇ 8 ਵਜੇ ਆ ਆ ਦੇਖੋ ਰਾਤ ਦੇ ਵਾਜ ਚੁੱਕੇ 8 ਐ ਰੁਕੇ ਸੀ ਟ੍ਰੈਫਿਕ ਉਹ ਦੇਖੋ ਟ੍ਰੈਫਿਕ ਦਾ ਹੋਇਆ ਪਿਆ ਕੱਟ हाँ इतने उतने ना ट्रेन जाती सामने एक तुम दिखा मैं उस कारण ट्रैफिक लगा हुआ इतने आ देखो इतों ट्रे जाती ट्रेन इतों इतों आँदी है इतने जाती है साड़ी गड्डी आ खड़ी है सो इस कारण अं वेट करते हैं तो इस तो बाद दिखाने फिर अगर जाते जाते टाइम बहुत ज़्यादा हो चुका वा तो फिर तुम दिखाने मठी मठी आवाज आ रही ना पानी की गलबात जी आ पानी की आवाज आई जन्नत आ पूरी वाकई बड़ा मजा आ रहा है ता ही लागे खड़े आ देखो तुम दिखाने आ देखो मजा आ देखो एडी सारी याद देखो लेक ओ तक जाती अगे तक ओ परे तक इदा करके बहुत सोहना भी तुम दिखा दा अगे तुम मिलते हौली हौली इस तो अगे दिखा दिखाने तुम ओके बाय टाइम हो गए 8:30 बज गए अं फिर इसे नंगल ही हाले तक साढ़े यार दोस्त घर चले हाँ देखो तो टाइम बहुत ज़्यादा हो चुका वा तो हम नींद भी आ चुकी है पूरी थक चुके हैं तो ही जाना हम देखो सामने इधर दिखाने तुम अगे जाके फिर जिदा हुआ नंगल की मार्केट पहुंचे अं तो अज है विकी भाई का बर्थडे भाई सैलीब्रेट करना है तो असं केक लैन रुके हैं इतने देखो मार्केट चलो भाई का अज बर्थडे 24 है बर्थडे 23 तरीक और सॉरी अच्छ 22 तरीक कल भाई का बर्थडे सैलीब्रेट कल दी है तो हूँ अं उ केक लैना वा तो अज मना के सॉरी केक कर दे उन्होंने जिदा भी है तो कल फिर उन्होंने बर्थडे अच्छा थोड़ा थोड़ा स्पैशल बनता भी उन्होंने डे तो केक कर दे उन्होंने फिर देखते कि उन्होंने वजिए लगता जिदा भी है हिसाब का जो भी है ना ठीक है अपने सारे मुंडे वेट करते हैं तो केक कर दे साडे भरा का अज फोन आया हो देखो सारे मंडीर अपने नाल ही दीपक इधरों विकी ने विकी भाई देव है भरा उन्होंने फोन आया है बहरों तो उन्होंने विश आईया है उन्होंने बड़िया तो उन्होंने हम वेट वूट करते हैं ये कार्ड फिर हम दिखाने साढ़े मुंडे का बर्थडे आ सैलीब्रेट कर ली आ इस बंद अज बर्थडे आ फोटो खिंचन लगे हैं देखो कारीगर आलियो भाजी हम कट्टो केक फटाफट फूक मार दें हाँ जी हाँ जी फूक मारो Happy birthday to you. Happy birthday to you. ये काट दिया इसको काट दिया जाए Happy birthday bro. छोटा काका यार टेस्ट देके दादा के दादा लिया होता नहीं खवाइए भाई नहीं खवाइए पहला खवाइए मीठा आला Happy birthday. चेक इन्हें केक खवा लगे मुंडे नु आ देखो आ फोटो आ जाओ ए
हेलो जी इधर इधर हैप्पी बर्थडे ब्रो फोटो फोटो वीडियो बनदी नहीं वीडियो वीडियो च कर क्लिक कर गया नहीं हैप्पी बर्थडे टू यू भाई मेरे लो भी ब्लॉग 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 इधर 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 आ जाओ कर लो मेरे तो गौरव वालों मोह मान लो दोनों वालों सही गल हैप्पी बर्थडे आ जाओ इधर भी आ जाओ बर्थडे हैप्पी बर्थडे टू यू फोटो गए बर्थडे हो गया डन पूरा भाई जान हमने केक खा ले फिर तुम मिलते हैं ओके भाई अजी हम अस फ्री हो चले घर जलंधर जेंटर होने लगे सानू माड़ा पुलिस ने रोक लिया सॉरी आर्मी वाल रोक लिया क्योंकि टाइम होया ज्यादा देखो 12:30 ते असी हुण वापस जलंधर वाल नूं जांदे आ भाई हुणां नूं जाणा है उन्हां नूं उतार के फिर असी जाणा घर नूं जलंधर नूं समाप्त कर दे।